ਦੋਸਤੋ ਸੋਚ ਚੰਗੀ ਹੋਣੀ ਚਾਹੀਦੀ ਹੈ ਕਿਉਂਕਿ ਨਜ਼ਰ ਦਾ ਇਲਾਜ ਤਾਂ ਹੋ ਸਕਦਾ ਹੈ ਲੇਕਿਨ ਨਜ਼ਰੀਏ ਦਾ ਨਹੀਂ ਹਾਜ਼ਰ ਹੋ ਚੁੱਕੇ ਤੁਹਾਡੀ ਆਪਣੀ ਦੋਸਤ ਮਨਪ੍ਰੀਤ ਯੈਸ ਟੀਵੀ ਤੇ ਇੱਕ ਨਵੀਂ ਕਹਾਣੀ ਦੇ ਨਾਲ ਤੇ ਉਮੀਦ ਹੈ ਤੁਹਾਨੂੰ ਅੱਜ ਦੀ ਕਹਾਣੀ ਜ਼ਰੂਰ ਕੁਝ ਨਾ ਕੁਝ ਸਿਖਾਏਗੀ ਤੇ ਆਓ ਜੀ ਫਿਰ ਸ਼ੁਰੂਆਤ ਕਰਨੇ ਆ ਇੱਕ ਵਾਰ ਦੀ ਗੱਲ ਹੈ ਇੱਕ ਵਾਰੀ ਇੱਕ ਬੱਚੇ ਨੇ ਆਪਣੇ ਪਿਤਾ ਜੀ ਨੂੰ ਪੁੱਛਿਆ ਪਿਤਾ ਜੀ ਖੁਸ਼ ਰਹਿਣ ਦਾ ਸਿਕਰਟ ਕੀ ਹੈਗਾ ਵੇ ਆਪਾਂ ਕਿਵੇਂ ਖੁਸ਼ ਰਹਿ ਸਕਦੇ ਆ ਤੇ ਪਿਤਾ ਜੀ ਨੇ ਕਿਹਾ ਕਿ ਇਸ ਦਾ ਜਵਾਬ ਦੇਣਾ ਤਾਂ ਬਹੁਤ ਜ਼ਰੂਰੀ ਹੈ ਕਹਿੰਦਾ ਹਾਂਜੀ ਪਿਤਾ ਜੀ ਦਵੋ ਤੁਸੀਂ ਇਹਦਾ ਜਵਾਬ ਤੇ ਉਹਦੇ ਪਿਤਾ ਜੀ ਕਹਿੰਦੇ ਜ਼ਰੂਰ ਦਵਾਂਗਾ ਉਹ ਦੂਰ ਤੈਨੂੰ ਪਹਾੜੀ ਦਿਖ ਰਹੀ ਹੈ ਕਹਿੰਦਾ ਹਾਂਜੀ ਪਿਤਾ ਜੀ ਜਿਹੜੀ ਪਹਾੜੀ ਤੇ ਚੋਟੀ ਤੇ ਮਹਿਲ ਬਣਿਆ ਹੋਇਆ ਹੈ ਨਾ ਉਹਦੇ ਵਿੱਚ ਇੱਕ ਬੁੱਧੀਮਾਨ ਵਿਅਕਤੀ ਰਹਿੰਦਾ ਵੀ ਉਹ ਤੈਨੂੰ ਦੱਸੇਗਾ ਖੁਸ਼ ਰਹਿਣ ਦਾ ਸਿਕਰਟ ਕੀ ਏ ਕਹਿੰਦਾ ਠੀਕ ਹੈ ਤੇ ਉਹ ਬੱਚੇ ਨੇ ਨਾ ਆਪਣਾ ਖਾਣਾ ਖੁਨਾ ਪੈਕ ਕੀਤਾ ਨੂੰ ਪਤਾ 2-3 ਦਿਨ ਤੇ ਲੱਗ ਜਾਣਗੇ ਉੱਥੇ ਜਾਣ ਨੂੰ ਉਹ ਜੇ ਖਾਣਾ ਖੁਨਾ ਪੈਕ ਕਰਕੇ ਉਹ ਚਲਾ ਗਿਆ ਉੱਥੇ ਜਾਣ ਵਾਸਤੇ ਜਦੋਂ ਉੱਥੇ ਜਾ ਕੇ ਪੁੱਜਿਆ ਤੇ ਉਹਨੇ ਵੇਖਿਆ ਕਿ ਉਹ ਮਹਿਲ ਤਾਂ ਬਹੁਤ ਹੀ ਵਧੀਆ ਉਹਨੇ ਬਾਹਰੂ ਵਿਅਕਤੀ ਪੁੱਛਿਆ ਇੱਕ ਆਦਮੀ ਕੋਲੋ ਜੀ ਇੱਥੇ ਬੁੱਧੀਮਾਨ ਵਿਅਕਤੀ ਕਿਹੜਾ ਵੀ ਤੇ ਉਸ ਆਦਮੀ ਨੇ ਦੱਸਿਆ ਉਹ ਕਮਰੇ ਦੇ ਵਿੱਚ ਜਿਹੜੇ ਬੈਠੇ ਨੇ ਨਾ ਉਹ ਬੁੱਧੀਮਾਨ ਨੇ ਤੇ ਉਹਦੇ ਕੋਲ ਜਈ ਕਈ ਹੋਰ ਲੋਕ ਵੀ ਆਏ ਹੋਏ ਸੀ ਮਿਲਣ ਵਾਸਤੇ ਮੀਟਿੰਗਾਂ ਚੱਲ ਰਹੀਆਂ ਸੀ ਤੇ ਬੱਚੇ ਨੇ ਬੈਠ ਕੇ ਵੇਟ ਕੀਤਾ ਜਦੋਂ ਸਾਰੇ ਚਲੇ ਗਏ ਤੇ ਬੱਚੇ ਦੀ ਵਾਰੀ ਆਈ ਤੇ ਫਿਰ ਜਿਉ ਬੱਚੇ ਨੇ ਉਸ ਵਿਅਕਤੀ ਕੋਲ ਪੁੱਛਿਆ ਕਿ ਖੁਸ਼ ਰਹਿਣ ਦਾ ਸਿਕਰਟ ਕੀ ਹੈਗਾ ਵੇ ਤੇ ਉਸ ਵਿਅਕਤੀ ਨੇ ਕਿਹਾ ਕਿ ਹੁਣ ਤੈਨੂੰ ਤੇ ਜ਼ਰੂਰ ਜਵਾਬ ਦੇਣਾ ਪੈਣਾ ਵੇ ਕਿਉਂਕਿ ਤੂੰ ਛੋਟੀ ਜਿਹੀ ਉਮਰ ਦੇ ਵਿੱਚ ਇੰਨਾ ਵੱਡਾ ਕੁਐਸਚਨ ਪੁੱਛ ਲਿਆ ਤੇ ਜ्याने ਕੀ ਕੀਤਾ ਉਹਨੇ ਨਾ ਉਸ ਬੱਚੇ ਨੂੰ ਇੱਕ ਚਮਚ ਦਿੱਤਾ ਉਹਦੇ ਵਿੱਚ ਦੋ ਬੂੰਦਾਂ ਤੇਲ ਦੀਆਂ ਪਾ ਦਿੱਤੀਆਂ ਤੇ ਕਿਹਾ ਤੂੰ ਸਾਰਾ ਮਹਿਲ ਘੁਮਕਿਆ ਲੇਕਿਨ ਇਹ ਜਿਹੜੇ ਦੋ ਬੂੰਦਾਂ ਨੇ ਨਾ ਗਿਰਨੀਆਂ ਨਹੀਂ ਚਾਹੀਦੀਆਂ ਤੂੰ ਜਿਹਦੇ ਕੋਲ ਆਇਆ ਵੇ ਉਹਦਾ ਮਹਿਲ ਤਾਂ ਵੇਖ ਕੇ ਆ ਕਿ ਹੋ ਜਾਏਗਾ ਵੇ ਉਹ ਬੱਚਾ ਸਾਰਾ ਮਹਿਲ ਘੁੰਮ ਕੇ ਆ ਗਿਆ ਜਦੋਂ ਘੁੰਮ ਕੇ ਆਇਆ ਤੇ ਉਸ ਵਿਅਕਤੀ ਨੇ ਪੁੱਛਿਆ ਕਿਹੋ ਜਿਹਾ ਸੀ ਮਹਿਲ ਤੇ ਉਹ ਕਹਿੰਦਾ ਵੀ ਮੈਂ ਤਾਂ ਮਹਿਲ ਨਹੀਂ ਵੇਖਿਆ ਮੇਰਾ ਤਾਂ ਸਾਰਾ ਧਿਆਨ ਹੀ ਤੇਲ ਵੱਲ ਸੀ ਕਿਥੇ ਦੋ ਬੂੰਦਾ ਗੇੜ ਨਾ ਜਾਣ ਤੇ ਫਿਰ ਉਸ ਵਿਅਕਤੀ ਨੇ ਕਿਹਾ ਵੀ ਨਾ ਵੀ ਨਾ ਮਹਿਲ ਤਾਂ ਤੈਨੂੰ ਦੇਖਣਾ ਪੈਣਾ ਵੀ ਮਹਿਲ ਤੂੰ ਦੇਖ ਕੇ ਆ ਜਿਸ ਵਿਅਕਤੀ ਕੋਲ ਤੂੰ ਆਇਆ ਵੇ ਉਹਦਾ ਘਰਬਾਰ ਨਹੀਂ ਤੂੰ ਦੇਖਿਆ ਐਨੇ ਵਧੀਆ ਮੈਂ ਬਗੀਚੇ ਬਣਾਏ ਹੋਏ ਨੇ ਐਨੇ ਹੀ ਵਧੀਆ ਲਾਇਬ੍ਰੇਰੀ ਹੈਗੀ ਤੂੰ ਵੇਖ ਕੇ ਕਿਉਂ ਨਹੀਂ ਆਇਆ ਉਹਨੂੰ ਫੇਰ ਭੇਜਿਆ ਫਿਰ ਉਹ ਬੱਚਾ ਗਿਆ ਉਹ ਸਾਰਾ ਮਹਿਲ ਘੁੰਮ ਕੇ ਆਇਆ ਜਦੋਂ ਉਹ ਆਇਆ ਤੇ ਉਹਨੇ ਵਿਅਕਤੀ ਨੂੰ ਦੱਸਿਆ ਕਿ ਮਹਿਲ ਤਾਂ ਬਹੁਤ ਸੋਹਣਾ ਹੈ ਲਾਇਬ੍ਰੇਰੀ ਇੰਨੀ ਸੋਹਣੀ ਹੈ ਬਾਗਿਚੇ ਇੰਨੇ ਸੋਹਣੇ ਨੇ ਉੱਥੇ ਜਿਹੜਾ ਸਰੋਵਰ ਹੈ ਉਹ ਬਹੁਤ ਵਧੀਆ ਬਹੁਤ ਹੀ ਚੀਜ਼ਾਂ ਨੇ ਦੱਸਿਆ ਕਿ ਬਹੁਤ ਵਧੀਆ ਨੇ ਤੇ ਉਸ ਵਿਅਕਤੀ ਨੇ ਕਿਹਾ ਕਿ ਉਹ ਤੇਲ ਕਿੱਥੇ ਗਿਆ ਉਹ ਬੱਚਾ ਕਹਿੰਦਾ ਹਾਂ ਮੈਂ ਤਾਂ ਭੁੱਲ ਹੀ ਗਿਆ ਕਿ ਇਹਦੇ ਵਿੱਚ ਤੇਲ ਸੀਮਾਂ ਦੀ ਰਾਖੀ ਕਰਨੀ ਸੀ ਤੇ ਉਸ ਵਿਅਕਤੀ ਨੇ ਕਿਹਾ ਦੇਖ ਤੇਰਾ ਪੂਰਾ ਧਿਆਨ ਜਦੋਂ ਤੂੰ ਪਹਿਲੀ ਵਾਰੀ ਗਿਆ ਸੀ ਤੇਰਾ ਪੂਰਾ ਧਿਆਨ ਉਸ ਤੇਲ ਤੇ ਸੀ ਔਰ ਤੂੰ ਕੁਝ ਵੀ ਆਪਣੇ ਆਲੇ ਦੁਆਲੇ ਨਹੀਂ ਦੇਖ ਪਾਇਆ ਕੋਈ ਵੀ ਖੁਸ਼ੀ ਤੂੰ ਮਹਿਸੂਸ ਨਹੀਂ ਕਰ ਪਾਇਆ ਜਦੋਂ ਤੂੰ ਦੂਜੀ ਵਾਰੀ ਗਿਆ ਤੇਰਾ ਧਿਆਨ ਉਸ ਤੇਲ ਵੱਲ ਨਹੀਂ ਸੀ ਤੂੰ ਸਾਰੇ ਪਾਸੇ ਘੁੰਮ ਕੇ ਆਇਆ ਛੋਟੀ ਛੋਟੀ ਚੀਜ਼ ਦੇ ਵਿੱਚ ਤੈਨੂੰ ਖੁਸ਼ੀ ਦਿਖੀ ਇਹ ਹੀ ਅਸਲੀ ਖੁਸ਼ੀ ਜੇਕਰ ਆਪਾਂ ਇੱਕ ਹੀ ਗੱਲ ਤੇ ਧਿਆਨ ਰੱਖਾਂਗੇ ਨਾ ਤੇ ਜ਼ਿੰਦਗੀ ਦੇ ਆਲੇ ਦੁਆਲੇ ਸਾਡੇ ਆਲੇ ਦੁਆਲੇ ਜੋ ਵੀ ਖੁਸ਼ੀ ਹੈਗੀ ਹੈ ਨਾ ਆਪਾਂ ਉਹਨੂੰ ਕਦੀ ਮਹਿਸੂਸ ਨਹੀਂ ਕਰੇ ਪਾਵਾਂਗੇ ਤੇ ਇਹ ਜੀ ਅਹੀ ਜੇ ਇੱਕ ਮਿਲਦੀ ਏ ਕਿ ਆਪਾਂ ਨਾ ਛੋਟੇ-ਛੋਟੇ ਖੁਸ਼ੀਆਂ ਨਹੀਂ ਲੱਭਦੇ ਹੈਗੇ ਆਪਾਂ ਦੇਖਨੇ ਆ ਕਿ ਦੂਰ ਦੀ ਸੋਚਨੇ ਆ ਜੋ ਸਾਡੇ ਕੋਲ ਹੈਗਾ ਉਹਦੇ ਵਿੱਚ ਆਪਣੀ ਖੁਸ਼ੀ ਲੱਭੋ ਤੇ ਹਮੇਸ਼ਾ ਤੁਸੀਂ ਖੁਸ਼ ਰਹੋਗੇ ਅੱਜ ਦਾ ਸਾਡਾ ਇਹੀ ਮੈਸੇਜ ਸੀ ਕਿ ਕਦੀ ਵੀ ਆਪਣੇ ਬੇਸਿਕ ਨੂੰ ਨਾ ਭੁੱਲੋ ਆਪਣੇ ਨਾਲ ਜੁੜੇ ਲੋਕਾਂ ਨੂੰ ਨਾ ਭੁੱਲੋ ਉਹਦੇ ਨਾਲ ਹੀ ਤੁਹਾਨੂੰ ਖੁਸ਼ੀ ਮਿਲੇਗੀ ਤੇ ਇਸੇ ਮੈਸੇਜ ਦੇ ਨਾਲ ਜੀ ਹੁਣ ਮੈਂ ਚਲਨੀ ਆ ਜੀ ਤੁਸੀਂ ਰੱਖਿਓ ਆਪਣਾ ਖਿਆਲ ਵੇਤੀ ਰਹੋ ਯੈਸ ਟੀਵੀ ਸাশ੍ਰੀਆ ਕਾਰ